ਜਿਹੜਾ ਮਰਡਰ ਕੀਤਾ ਗਿਆ ਬਿੱਟੂ ਨੂੰ, ਮਹਿੰਦਰਪਾਲ ਬਿੱਟੂ ਨੂੰ ਮਰਡਰ ਕੀਤਾ ਗਿਆ, ਆਹ ਵੀ ਇੱਕ ਬਹੁਤ ਵੱਡੀ ਕੌਂਸਪਰਸੀ ਹੈ। ਇੱਕ ਅਹਿਮ ਵਿਟਨੈਸ ਜਿਹੜਾ ਮੰਨਿਆ ਜਾਂਦਾ ਸੀ ਕਿ ਮੇਨ ਵਿਟਨੈਸ ਹੈ, ਮੇਨ ਅਕਿਊਜ਼ਡ ਹੈ, ਮੇਨ ਅਕਿਊਜ਼ਡ ਹੈ ਜਿਹੜਾ ਸੈਕਲਰੇਜ ਕੇਸ 'ਤੇ ਜਿਹੜਾ ਮੰਨਿਆ ਜਾਂਦਾ ਮੇਨ ਅਕਿਊਜ਼ਡ ਹੈ, ਉਹਨੂੰ ਮਰਡਰ ਹੋ ਜਾਵੇ ਉਹਦਾ। ਪੰਜਾਬ ਵੀ ਸਾਡੇ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਗਵਰਨਮੈਂਟ ਇਜ਼ ਰਿਸਪੋਂਸੀਬਲ ਫੋਰ ਇਟ, ਐਂਡ ਇਹਦੀ ਇੰਡੀਪੈਂਡੈਂਟ, ਸਾਡੀ ਪਾਰਟੀ ਇੰਡੀਪੈਂਡੈਂਟ ਇਨਕੁਆਇਰੀ ਚਾਹੁੰਦੀ ਹੈ ਸਿਟਿੰਗ ਜੱਜ ਤੋਂ ਜਾਂ ਕੋਈ ਸੀ ਬੀ ਆਈ ਤੋਂ ਜਾਂ ਕੋਈ ਨੈਸ਼ਨਲ ਏਜੰਸੀ ਤੋਂ, ਕਿਉਂਕਿ ਆਹ ਕਵਰ ਅਪ ਓਪਰੇਸ਼ਨ, ਆਹ ਜਿਹੜਾ ਐਸ ਆਈ ਟੀ ਬਣਾਈ ਹੈ, ਆਹ ਪ੍ਰੈਜੈਂਟ ਸਰਕਾਰ ਜਿਹੜੀ ਹੈ, ਜੇ ਕਿਸੇ ਚੀਜ਼ ਨੂੰ ਝੂਠਾ ਕਰਨਾ ਹੋਏ ਜਾਂ ਕਵਰ ਅਪ ਕਰਨਾ ਹੋਏ, ਆਪਣੀ ਚਹਿਤਿਆਂ ਦੀ ਐਸ ਆਈ ਟੀ ਬਣਾ ਦਿੰਦੀ ਹੈ। ਐਸ ਆਈ ਟੀ ਦਾ ਮਤਲਬ ਹੈ ਕਿ ਜੋ ਕਾਂਗਰਸ ਚਾਹੇ ਉਹੀ ਕਰੇ। ਸੋ ਆਹ ਜਿਹੜਾ ਮਹਿੰਦਰਪਾਲ ਬਿੱਟੂ ਦਾ ਕੇਸ ਹੈ, ਸਾਰੀ ਸਿੱਖ ਸੰਗਤ ਪੰਜਾਬੀ ਚਾਹੁੰਦੇ ਹੈ, ਸਾਰੇ ਚਾਹੁੰਦੇ ਹੈ ਕਿ ਪਤਾ ਲੱਗੇ ਸੈਕਲ 'ਚ ਕਿਹਨੇ ਕੀਤੀ ਹੈ, ਅਤੇ ਆਹ ਪ੍ਰਾਈਮ ਅਕਿਊਜ਼ਡ ਹੈ ਅਤੇ ਉਹਨੂੰ ਪਹਿਲੀ ਗੱਲ ਕਈ ਸਵਾਲ ਆਉਂਦੇ ਉਹਦੇ 'ਚ। ਪਹਿਲੀ ਗੱਲ, ਫਰੀਦਕੋਟ ਤੋਂ ਉਹਨੂੰ ਪਟਿਆਲੇ ਕਿਉਂ ਲਿਆਂਦਾ ਗਿਆ, ਪਟਿਆਲੇ ਤੋਂ ਹਾਈ ਸਿਕਿਉਰਿਟੀ ਜੇਲ੍ਹ ਨਾਭੇ ਕਿਉਂ ਲਿਆਂਦਾ ਗਿਆ, ਜਿੱਥੇ ਸਾਰੇ ਹਾਈ ਲੈਵਲ ਦੇ ਕ੍ਰਿਮੀਨਲਸ ਉੱਥੇ ਰੱਖੇ ਗਏ ਹੈ, ਉੱਥੇ ਕਿਉਂ ਲਿਆਂਦਾ ਗਿਆ? ਫਿਰ ਉਹਨੂੰ ਇਕੱਲੇ ਜਾਣ ਦਿੱਤਾ, ਜਿਹੜਾ ਐਡਾ ਵੱਡਾ ਸੀਰੀਅਸ ਅਕਿਊਜ਼ਡ ਹੋਏ, ਉਹਨੂੰ ਖੁੱਲ੍ਹਾ ਜਾਣ ਦਿੱਤਾ ਗਿਆ, ਖੋਲ੍ਹਿਆ ਗਿਆ ਹੋਇਆ ਆਪਣੇ ਸੈੱਲ 'ਚੋਂ ਜਿੱਥੇ ਸਕਲੂਸ਼ਨ 'ਚ ਰੱਖਿਆ ਗਿਆ, ਕਿਉਂ ਕੀਤਾ ਗਿਆ? ਇਹਦੇ ਬਹੁਤ ਵੱਡੀ ਕੌਂਸਪਰਸੀ ਹੈ, ਐਂਡ ਮਿਨਿਸਟਰ ਦੀ ਅਤੇ ਗਵਰਨਮੈਂਟ ਆਫ ਪੰਜਾਬ, ਆਈ ਵੀ ਪਰਸਨਲੀ ਫੀਲ ਹੀ ਦੇ ਆਰ ਮੇਨ ਰਿਸਪੋਂਸੀਬਲ ਫੋਰ ਆਹ ਜਿਹੜਾ ਇਲੀਮੀਨੇਟ ਹੋਇਆ, ਜਿਹੜਾ ਮੇਨ ਬਿਜ਼ਨਸ ਟੂ ਕਵਰ ਅਪ ਓਪਰੇਸ਼ਨ। ਸਾਨੂੰ ਸ਼ੱਕ ਹੈ ਕੋਈ ਚੀਜ਼ਾਂ ਕਵਰ ਅਪ ਕਰਨ ਵਾਸਤੇ ਜਾਂ ਲੁਕਾਉਣ ਵਾਸਤੇ ਆਹ ਸਰਕਾਰ ਕਰ ਰਹੀ ਹੈ। ਸੋ ਮਿਨਿਸਟਰ ਜਿਹੜਾ ਹੈ, ਹੀ ਸ਼ੁੱਡ ਬੀ ਇਮੀਡੀਏਟਲੀ ਡਿਸਮਿਸਡ, ਐਂਡ ਇੰਡੀਪੈਂਡੈਂਟ ਇਨਕੁਆਇਰੀ ਬਾਏ ਸਿਟਿੰਗ ਜੱਜ ਦੀ ਹੋਣੀ ਚਾਹੀਦੀ ਹੈ, ਔਰ ਅ ਨੈਸ਼ਨਲ ਏਜੰਸੀ, ਕਿਉਂਕਿ ਆਹ ਬੜਾ ਸੈਂਟੀਮੈਂਟਲ ਇਸ਼ੂ ਹੈ, ਐਂਡ ਹਰ ਸਿੱਖ ਚਾਹੁੰਦਾ ਕਿ ਜਿਹਨੇ ਸੈਕਲਿਜ ਕੀਤੀ ਹੈ ਉਹ ਅੰਦਰ ਹੋਏ, ਅਤੇ ਆਹ ਇੱਕ ਬਹੁਤ ਵੱਡਾ ਸੈਟਬੈਕ ਪਹੁੰਚਿਆ ਉਸ ਨਿਸ਼ਾਨੇ ਵਾਸਤੇ, ਉਸ ਮਕਸਦ ਵਾਸਤੇ। ਸੋ ਅਸੀਂ ਦੂਜਾ ਇਸ਼ੂ ਆਹ ਅਸੀਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਕੋਈ ਸਵਾਲ ਕੋਈ ਕਿਸੇ ਨੂੰ? ਸੁਖਜਿੰਦਰ ਰੰਧਾਵਾ, ਮੇਰੇ ਮਿਨਿਸਟਰ ਜੀ, ਹਾਂਜੀ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਸਲੀ ਕਾਰਪੋਰੇਟ ਹੈ ਜਿਹਨੇ ਸੈਕਲਿਜ ਕੀਤੀ ਹੈ, ਉਹ ਇਮੀਜੀਏਟਲੀ ਉਹਦਾ ਜਿਹੜਾ ਇਮੀਜੀਏਟਲੀ ਉਹਦਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਪਤਾ ਲੱਗਿਆ ਜਾਏ। ਅਸੀਂ ਜੋ ਜੋ ਕੈਪਟਨ ਸਾਹਿਬ ਨੇ ਚਾਰ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੂੰ ਮਰਡਰ ਕੀਤਾ ਹੈ, ਉਹ ਅਸੀਂ ਸਾਰੀ ਡੈਲੀਗੇਸ਼ਨ ਅਸੀਂ ਗਵਰਨਰ ਸਾਹਿਬ ਕੋਲ ਜਾਵਾਂਗੇ ਸ਼ਾਰਟਲੀ, ਟਾਈਮ ਲੈ ਕੇ, ਕਿ ਆਪਣਾ ਜੋ ਫੈਸਲਾ ਫਾਈਨਲ ਡਿਸੀਜਨ ਉਹ ਰਿਵਿਊ ਕਰਨ ਅਤੇ ਰੀਕਾਲ ਕਰਨ। ਜੇ ਉਹ ਨਹੀਂ ਕਰਦੇ ਤਾਂ ਵੀ ਵਿਲ ਅਪਰੋਚ ਦਾ ਹਾਈ ਕੋਰਟ। ਡੇਰੇ ਦੇ ਫਾਲੋਅਰਸ ਬੜੀ ਵੱਡੀ ਗਿਣਤੀ 'ਚ ਕੋਟਕਪੁਰਾ ਉੱਥੇ ਇਕੱਠੇ ਹੋਏ ਆ, ਡੇਰੇ ਦੇ ਸਮਰਥਨ 'ਚ ਬੜੀ ਦੇਰ ਬਾਅਦ ਨਾਅਰੇ ਲੱਗੇ ਡੇਰੇ ਦੀ ਸੋਚ 'ਤੇ, ਪਹਿਰਾ ਦਿਆਂਗੇ ਟੋਕੇ। ਹੁਣ ਹਰਿਆਣੇ ਦੇ ਵਿੱਚ ਜਿਹੜੇ ਮੰਤਰੀ ਬਿਆਨ ਦੇ ਰਹੇ ਨੇ ਕਿ ਡੇਰਾ ਚੀਫ ਹੈ ਜਿਹੜਾ ਉਹਦੀ ਰਿਹਾਈ ਦਾ ਰਾਹ ਖੋਲ੍ਹਿਆ ਜਾ ਰਿਹਾ, ਉਹਦੀ ਪਰੋਲ ਦਾ ਰਾਹ ਖੋਲ੍ਹਿਆ ਜਾ ਰਿਹਾ, ਔਰ ਮੰਤਰੀ ਜਿਹੜੇ ਉਹਦੀ ਸਪੋਰਟ 'ਚ ਬਿਆਨ ਦੇ ਰਹੇ, ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਮੈਂ ਕਹਿਣਾ ਚਾਹੁੰਦਾ, ਕਿਉਂਕਿ ਆਹ ਇਸ਼ੂ ਹਰਿਆਣਾ ਗਵਰਨਮੈਂਟ ਦਾ ਹੈ, ਬੇਸਿਕ ਗੱਲ ਹੈ, ਹਰਿਆਣਾ ਗਵਰਨਮੈਂਟ ਦਾ ਮਸਲਾ ਹੈ ਹਰਿਆਣਾ, ਕਿਉਂਕਿ ਸਾਡੀ ਜੁਰੀਡਿਕਸ਼ਨ 'ਚ ਨਹੀਂ ਆਉਂਦਾ।
so I don't want to comment on behalf of another state. नहीं पंजाब में तो हम आने नहीं देंगे, क्लियर है? नहीं नहीं मैं वही कह रहा है, पहली गल है अराउंड मैम बड़ा क्लियर है, आप लोग जे परोल हुंदा, जे परोल हुंदी है जिवें दसदा जी दस रहे है, परोल च एग्जैक्ट एरिया हुंदा कि किथे परोल मीन्स किसे लोकेशन ते बंदा जा सकदा है, पर क्योंकि हरियाणा गवर्नमेंट है साडी स्टेट नाल तलक नहीं करदा, दे आर वी विल नॉट वांट टू कमेंट ऑन गोइंग टू देयर ज्यूरिडिक्शन, पर पंजाब च एनी कॉस्ट ही शुड नॉट बी अलाउड टू। हाँ जी साडा इशू नहीं, मैं तुहानूं ओही जिहड़ा कि काम कह रहे हैं कि साडा इशू जिहड़ा मैं अज दो इशू कीते है, प्लीज़ कॉन्सनट्रेट ऑन दोज इशूज, इस इशू के संबंध में क्योंकि बड़ा अहम इशू है दोनों के संबंध में, जे थोनू कोई क्वेश्चन है जां थो डॉक्यूमेंट्स विच होर कोई चीज़ चाहिए है, क्योंकि अखबारों राही एक गलत इंप्रैशन दिया गया सी कि जी बादल परिवार ने सुखबीर ने होम मिनिस्टर सी इन्हें साइन करके आ जिहड़े रिकमेंड किया सी जिहड़ा पार्डन होया, आ बिल्कुल गलत है, एंड आई चैलेंज द गवर्नमेंट टू प्रूव ईवन वन अद्धा पेपर भी एक इंच भी प्रूव कर देन, आई एम रिस्पोंसिबल फॉर दैट। मैं जिहड़ा मैं तुहानूं कह रहा है जिहड़े जिहड़ा बंदा जे कतल केस है कोई बाहर नहीं आना चाहिए, जिन्हें जिन्हें कोर्ट ने की किया तो ही दे शुड बी इन जेल। सी मैं बेसिकली मैं तुम दसा जी अज असी किसी परपस वास्ते इतने बैठे हुए हैं, आई एम नॉट रिस्पोंसिबल फॉर आंसरिंग एवरी क्वेश्चन ऑफ एवरीथिंग व्हाट इज हैपनिंग इन अदर पार्ट्स ऑफ द कंट्री। You are again diverting the attention. Please, on these two issues, je inna do issues te thonu koi question hai, I am ready to answer them. Beside this, kyunki main issue, I don't want to derail it. ਤੁਸੀਂ ਦੇਖੋ ਇੱਕ ਪ੍ਰਾਈਮ ਅਕਿਊਜ਼ਡ ਹੋਏ ਜਿਹੜਾ ਸਾਰੇ ਜਿਹੜਾ ਸਾਡੀ ਸੈਕਰਿਲੇਜ ਕੇਸ ਜੋ ਸਾਡਾ ਇਮੋਸ਼ਨਲ ਸੀ, ਕਮਿਊਨਿਟੀ ਵਾਸਤੇ ਇਮੋਸ਼ਨਲ ਹੈ, ਉਹ ਅਕਿਊਜ਼ਡ ਹੋਏ, ਉਹਨੂੰ ਮਰਡਰ ਕੀਤਾ ਜਾਏ ਹੋਏ, ਮਰਡਰ ਕਿਉਂ ਕੀਤਾ ਜਾਂਦਾ ਕਿ ਨਿਸ਼ਾਨ ਮਿਟ ਜੇ, ਤੇ ਗਵਰਨਮੈਂਟ ਕਿਉਂ ਕਿਉਂ ਉਹਨਾਂ ਨੂੰ ਖੁੱਲ੍ਹੀ, ਹਾਊ ਡਿਡ ਦੇ ਅਲਾਓ ਇਟ, ਹਾਊ ਵਾਈ ਡਿਡ ਦੇ ਗੈਟ ਹਿਮ ਫਰੋਮ ਫਰੀਦਕੋਟ ਟੂ ਹਾਈ ਸਿਕਿਉਰਿਟੀ ਜੇਲ ਜਿੱਥੇ ਸਭ ਦੇ ਟੌਪ ਦੇ ਗੈਂਗਸਟਰ ਜਾਂ ਕ੍ਰਿਮੀਨਲ ਰੱਖੇ ਜਾਂਦੇ ਆ, ਉੱਥੇ ਕਿਉਂ ਲਿਆਇਆ ਗਿਆ? ਇਹਦੇ ਮਤਲਬ ਤੁਸੀਂ ਸ਼ੇਰ ਦੇ ਮੂੰਹ 'ਚ ਤੁਸੀਂ ਲਿਆ ਕੇ ਉੱਥੇ ਛੱਡ ਰਹੇ ਹੋ, ਇਹਦੇ ਮਤਲਬ ਕੌਨਸਪਰੇਸੀ ਨਹੀਂ ਹੈ, ਆ ਗਵਰਨਮੈਂਟ ਦੇ ਗਵਰਨਮੈਂਟ ਲੈਵਲ ਤੋਂ ਡਿਸੀਜਨ ਤੋਂ ਬਗੈਰ, ਗਵਰਨਮੈਂਟ ਦੇ ਟੌਪ ਲੈਵਲ ਤੋਂ ਬਗੈਰ ਆ ਕੋਈ ਨਹੀਂ ਸ਼ਿਫਟ ਹੋ ਸਕਦਾ। ਪਰਵਾਨਾ ਸਾਹਿਬ ਮੈਂ ਇਸ ਕੁਐਸਚਨ ਤੇ ਮੈਂ ਪਹਿਲੀ ਵੀ ਕਮੈਂਟ ਕੀਤਾ ਹੈ ਕਿ ਮੈਂ ਦੋ ਇਸ਼ੂ ਤੇ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਬਜ਼ੁਰਗ ਹੋ, ਟਕਸਾਲੀ ਨਿਊਜ਼ ਪੇਪਰ ਰਿਪੋਰਟਰ ਹੋ, ਤਾਂ ਇਸ ਕਰਕੇ ਮੈਂ ਤੁਹਾਡੇ ਤੁਹਾਨੂੰ ਐਕਸੈਪਸ਼ਨ ਦੇਣਾ, ਕਿਉਂਕਿ ਤੁਸੀਂ
ਮੈਂ ਹਾਲੇ ਪੋਲੀਟਿਕਸ ਵੀ ਨਹੀਂ ਸੀ ਜਦੋਂ ਦਾ ਤੁਸੀਂ ਇਸ ਕੰਮ 'ਚ ਲੱਗੇ ਹੋ। ਜਿਹੜਾ ਗੱਲ ਤੁਸੀਂ ਕਿਹਾ ਹੀ ਸ਼ੁੱਡ ਬੀ ਡਿਸਮਿਸਡ ਇਮੀਡੀਏਟਲੀ। ਇਹਦੇ ਬਾਅਦ ਥੈਂਕ ਯੂ ਪਿਛਲੇ ਦਿਨਾਂ ਦੇ ਵਿੱਚ ਇੱਕ ਡੈਲੀਗੇਸ਼ਨ ਸ਼ਿਲੌਂਗ ਜਾ ਕੇ ਆਇਆ ਜੀ ਪੰਜਾਬ ਸਰਕਾਰ ਦਾ ਔਰ ਉਹਨਾਂ ਨੇ ਕਿਹਾ ਵੀ ਉੱਥੇ ਜਿਹੜੀ ਸਿੱਖਾਂ ਨੂੰ ਕੰਸਪਰੇਸੀ ਦੇ ਤੌਰ ਤੇ ਉੱਥੋਂ ਬਾਹਰ ਕੱਢਿਆ ਜਾ ਰਿਹਾ ਔਰ ਲੋਕਲ ਗਵਰਨਮੈਂਟ ਉਹ ਕਹਿ ਰਹੇ ਪੰਜ ਸਾਲ ਦੇ ਲੱਗੇ ਦੇ ਵਿੱਚ ਸਾਇਲੈਂਟ ਸਪੋਰਟ ਦੇ ਰਹੀ ਹੈ ਚੁੱਪ ਕਰਕੇ। ਅਜੇ ਵੀ ਉਹ ਕਹਿੰਦੇ ਸਾਨੂੰ ਉੱਥੋਂ ਦੀ ਸਰਕਾਰ ਦੀ ਨੀਅਤ ਤੇ ਸ਼ੱਕ ਹੈਗਾ ਵੀ ਉਹ ਸਿੱਖਾਂ ਦੀ ਆਵਾਜ਼ ਸੁਣੇਗੀ ਜਾਂ ਕਈ ਵਾਰ ਸਭ ਤੋਂ ਕਿਹਾ ਜਾ ਰਿਹਾ ਕਿ 25 ਤਰੀਕ ਨੂੰ ਜਾਂ 26 ਨੂੰ ਕੈਪਟਨ ਅਮਰਿੰਦਰ ਸਿੰਘ ਇੱਕ ਡੈਲੀਗੇਸ਼ਨ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਦੇ ਨੇ। ਸਭ ਤੋਂ ਪਹਿਲੇ ਸਾਰੀ ਕੇਸ ਜਿੰਨਾ ਕੇਸ ਹੈ ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਹੀ ਸਟੇਅ ਲੈ ਕੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਹੀ ਉੱਥੇ ਗਿਆ ਸੀ, ਉਹਦੀ ਲੀਡਰਸ਼ਿਪ ਗਈ ਸੀ, ਸਾਡੀ ਕਮੇਟੀ ਦਿੱਲੀ ਗੁਰਦੁਆਰੇ ਦਾ IGPC ਭੇਜਿਆ ਸੀ। ਆ ਪਿਛਲੇ 3 ਸਾਲ ਦਾ ਚੀਫ ਮਿਨਿਸਟਰ ਨੂੰ ਸਰਸਿਮਰਤ ਨਹੀਂ ਮਿਲਿਆ, ਹੋਮ ਮਿਨਿਸਟਰ ਨੂੰ ਵੀ ਅਸੀਂ ਡੈਲੀਗੇਸ਼ਨ ਲੈ ਕੇ ਮਿਲੇ ਹਾਂ। ਸੋ ਆ ਜਿਹੜਾ ਬੇਸਿਕਲੀ ਕੈਪਟਨ ਸਾਹਿਬ ਉਹਨਾਂ ਕੋਲ ਫਾਰਮੈਲਿਟੀ ਕਰਨ ਦੀ ਲੋੜ ਨਹੀਂ, ਤੁਸੀਂ 2.5 ਸਾਲ ਤੱਕ ਕਿਤੇ ਨਿਕਲੇ ਨਹੀਂ। ਲੋਕੀ ਮਰੀ ਜਾਂਦੇ ਆ ਪੰਜਾਬ 'ਚ, ਲੋਕੀ ਹਾਹਾਕਾਰ ਕਰੀ ਜਾਂਦੇ ਆ, ਕੈਪਟਨ ਸਾਹਿਬ ਪਹਾੜੀਆਂ 'ਤੇ ਬੈਠੇ ਆ। ਕੈਪਟਨ ਸਾਹਿਬ ਦੇ ਮਨ 'ਚ ਕੋਈ ਦਿਲੋਂ ਕੋਈ ਹਮਦਰਦੀ ਨਹੀਂ, ਫਾਰਮੈਲਿਟੀ ਕਰਨ ਦਾ ਕੋਈ ਫਾਇਦਾ ਨਹੀਂ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ, ਆਈ ਐਮ ਆਸਕਿੰਗ ਰਿਪੀਟਿੰਗ ਦਾ ਸੇਮ ਥਿੰਗ ਵੀ ਸੈਡ ਇਨ ਬੋਥ ਦਾ ਕੇਸਿਸ। ਚੀਫ ਮਿਨਿਸਟਰ, ਵੀ ਹੋਲਡ ਦਾ ਚੀਫ ਮਿਨਿਸਟਰ ਰਿਸਪੋਂਸੀਬਲ। ਚੀਫ ਮਿਨਿਸਟਰ ਨੇ ਆਪ ਪਾਰਡਨ ਕੀਤੇ ਹੈ, ਆਪ ਰਿਕਮੈਂਡ ਕੀਤਾ ਹੈ, ਡਿਸਪਾਈਟ ਨੋਨ ਫੇਵਰੇਬਲ ਕਮੈਂਟ ਬਾਏ ਦਾ ਹੋਮ ਸੈਕਟਰੀ ਦੈਟ ਟਾਈਮ। ਪਰ ਇਹਨੇ ਕਿ CM ਸਾਹਿਬ ਨੇ ਲਿਖਿਆ ਕਿ ਪਹਿਲੇ ਤੁਸੀਂ ਪਾਰਡਨ ਕਰਾ ਲਓ, ਪ੍ਰੂਵ ਕਰਾ ਲਓ, ਫਿਰ ਬਾਅਦ 'ਚ ਭੇਜ ਦਾਂਗੇ। ਐਂਡ ਉਹਦੇ ਬਾਅਦ ਰਿਮਾਈਂਡਰ ਕੀਤੇ ਕਲੀਅਰਲੀ। ਤੁਸੀਂ ਦੇਖੋ ਦੋਨਾਂ ਰੋਲਾਂ 'ਚ ਚੀਫ ਮਿਨਿਸਟਰ ਹੈਜ਼ ਟੂ ਕਮ ਆਊਟ ਕਲੀਨ, ਹੀ ਇਜ਼ ਆਨਸਰਬਲ ਫੋਰ ਦਿਸ। ਐਂਡ ਜਿਹੜਾ ਮਿਨਿਸਟਰ ਹੈ ਓਬਵੀਅਸਲੀ ਹੀ ਹੈਜ਼ ਟੂ ਬੀ ਡਿਸਮਿਸਡ ਐਨੀ ਟਾਈਮ। ਤੁਸੀਂ ਕਿਉਂ ਜਾਂ ਆਈ ਸੈਡ ਸਿਟਿੰਗ ਜੱਜ, ਰੀਜ਼ਨ ਸਾਨੂੰ ਐਕਸਪੀਰੀਅੰਸ ਹੈ। ਜੋ SIT ਬਣਾਈ ਹੈ, SIT ਨੂੰ ਟਰੱਸਟ ਨਹੀਂ ਕਰਦੀ। 4 ਮੈਂਬਰ SIT ਕਹਿ ਰਹੇ ਕਿ ਦੂਜਾ ਬੰਦਾ ਫਰੋਡ ਹੈ, ਝੂਠਾ ਹੈ, ਉਹਨੇ ਸਾਰਾ ਫਰੋਡ ਕੀਤਾ, ਝੂਠ ਕੀਤਾ, ਫੈਬਰੀਕੇਟ ਕੀਤੇ ਹੈ। ਜੇ 4 ਸੀਨੀਅਰ ਉਹ ਤੋਂ ਵੀ ਸੀਨੀਅਰ ਨਾਲ ਕਹਿ ਰਹੇ, ਨਾਲ ਦੇ ਕੁਲੀਗਸ ਕਹਿ ਰਹੇ, ਜੇ SIT ਨੂੰ ਆਪਣੇ ਮੈਂਬਰ 'ਤੇ ਵਿਸ਼ਵਾਸ ਨਹੀਂ ਤਾਂ ਆਮ ਜਨਤਾ ਕਿਵੇਂ ਕਰੂਗੀ? ਕਿਹਦੇ ਸੀ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਫੇਲ ਹੈ। ਜਿਸ ਕੈਪਟਨ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਝੂਠੀ ਸਹੁੰ ਖਾ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ ਕਿ ਮੈਂ 1 ਮਹੀਨੇ ਦੇ ਅੰਦਰ, 4 ਹਫ਼ਤੇ ਅੰਦਰ ਡਰੱਗਸ ਖਤਮ ਕਰੂੰਗਾ, ਅੱਜ 3.5 ਸਾਲ ਹੋ ਗਏ, ਡਰੱਗਸ ਵੱਧ ਗਿਆ। ਕਿਉਂਕਿ ਆ ਬਹੁਤ ਸਟਰੋਂਗ ਨੈਕਸਸ ਪੰਜਾਬ ਵਿੱਚ ਕਾਂਗਰਸ ਲੀਡਰਸ਼ਿਪ ਅਤੇ ਪੁਲਿਸ ਦਾ, ਥੱਲੇ ਜਿਹੜੇ ਥੱਲੇ ਲੈਵਲ ਦੀ ਜਿਹੜੀ ਪੁਲਿਸ ਹੈ, ਸਟਰੋਂਗ ਨੈਕਸਸ ਹੈ ਲੀਡਰਸ਼ਿਪ ਕਾਂਗਰਸ ਦਾ। ਪੇਟਰਨੇਜ ਮਿਲ ਰਹੀ ਹੈ, ਕਈ ਇਹਨਾਂ ਦੇ ਵਿੱਚ SHO ਹੈ, ਕਈ ਇੰਸਪੈਕਟਰ ਹੈ, ਹਲਕਾ ਇੰਚਾਰਜ ਨਾਲ
ਮੰਤਰੀ ਲੈ ਰਿਹਾ ਡਰੱਗਸ ਜਿਹੜੇ ਇੰਸਪੈਕਟਰਾਂ ਡਰੱਗਸ ਜਿਹੜੇ ਸਮੱਗਲਰਾਂ ਤੋਂ, ਅਤੇ ਉਹ ਬਚਾਅ ਕਰ ਰਿਹਾ। ਤਾਂਹੀਓ ਪਿਛਲੇ 3 ਸਾਲਾਂ 'ਚ ਇੰਨੀ ਲਾਰਜ ਸਕੇਲ 'ਤੇ ਡਰੱਗਸ ਪੰਜਾਬ 'ਚ ਫੈਲ ਗਈਆਂ। ਆਹੀ ਕਾਰਨ ਹੈ ਨੈਕਸਸ ਬਿਟਵੀਨ ਕਾਂਗਰਸ ਹਲਕਾ ਇੰਚਾਰਜ ਐਂਡ ਦ ਲੋਕਲ ਪੁਲਿਸ। ਥੈਂਕ ਯੂ ਨਹੀਂ ਆ ਸਕਦਾ। ਥੈਂਕ ਯੂ ਹੈਵ ਅ ਕੱਪ ਆਫ ਟੀ ਨਾਓ। ਥੈਂਕ ਯੂ ਬਾਅਦ ਚ ਕਰ ਲਿਓ ਉੱਥੇ ਬਾਅਦ ਬਸ।